ਸਵੇਰੇ ਸਵੇਰੇ ਦੀਆਂ ਤਸਵੀਰਾਂ ਸ਼ਹਿਰ ਖੰਨਾ ਦੀਆਂ ਨੇ, ਜਿੱਥੇ ਉਸ ਵੇਲੇ ਸ਼ਿਵ ਸੈਨਾ ਲੀਡਰ ਕਸ਼ਮੀਰ ਗਿਰੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਮੁੰਡਿਆਂ ਨੇ ਮੰਦਿਰ 'ਚੋਂ ਆਏ ਸ਼ਿਵ ਸੈਨਾ ਲੀਡਰ ਦੇ ਘਰ ਮੂਹਰੇ ਖੜ ਕੇ ਠਾ ਠਾ ਗੋਲੀਆਂ ਚਲਾ ਦਿੱਤੀਆਂ। ਸੀਸੀਟੀਵੀ ਤਸਵੀਰਾਂ 'ਚ ਕੈਦ ਹੋਈ ਘਟਨਾ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਸਵੇਰੇ ਲਗਭਗ 5:30 ਦਾ ਸਮਾਂ ਹੈ, ਕਸ਼ਮੀਰ ਗਿਰੀ ਮੰਦਰ ਚੋਂ ਵਾਪਸ ਆ ਰਿਹਾ ਅਤੇ ਕੁਝ ਹੀ ਸੈਕਿੰਡਾਂ ਬਾਅਦ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਗੇਟ ਤੇ ਹਮਲਾ ਕਰ ਦਿੰਦੇ ਨੇ। ਇਸੇ ਦੌਰਾਨ ਕਸ਼ਮੀਰ ਗਿਰੀ ਵੀ ਆਪਣੀ ਰਿਵਾਲਵਰ ਕੱਢ ਲੈਂਦਾ ਹੈ। ਜ਼ਰਾ ਦੇਖੋ ਮੌਕੇ ਦੀਆਂ ਲਾਈਵ ਸੀਸੀਟੀਵੀ ਤਸਵੀਰਾਂ। ਮੌਤ ਨੂੰ ਨੇੜੇ ਤੋਂ ਲਾਈਵ ਦੇਖਣ ਵਾਲੇ ਕਸ਼ਮੀਰੀ ਗਿਰੀ ਨੇ ਦੇਖੋ ਹਮਲੇ ਤੋਂ ਬਾਅਦ ਕੀ ਕਿਹਾ। ਅੱਜ ਸਵੇਰੇ ਮੈਂ ਰੂਟੀਨ ਦੇ ਵਿੱਚ ਜਿਵੇਂ ਪ੍ਰਤੀ ਦਿਨ ਮੰਦਰ ਜਾਂਦਾ ਤਾਂ ਮੰਦਰ ਦੇ ਵਿੱਚ ਮੈਂ ਮੰਦਰ ਗੇਟ ਤੋਂ ਨਿਕਲਿਆ ਤਾਂ ਮੋਟਰਸਾਈਕਲ ਵਾਲੇ ਹੈਲਮਟ ਤੇ ਇੱਕ ਦਾ ਮੂੰਹ ਬੰਨਿਆ ਹੋਇਆ ਸੀ, ਮੈਨੂੰ ਸ਼ੱਕ ਲੱਗਿਆ। ਜਦ ਉਹਨਾਂ ਨੇ ਮੋੜ ਮੋੜਿਆ ਵਾਪਸ ਮੇਰੇ ਵੱਲ ਨੂੰ ਹੋਏ ਤਾਂ ਮੈਂ ਭੱਜ ਕੇ ਅੰਦਰ ਵੜਿਆ ਤਾਂ ਉਹਨਾਂ ਨੇ ਫਾਇਰਿੰਗ ਕਰ ਦਿੱਤੀ, ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਤਾਂ ਜਦ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੱਢਿਆ ਤਾਂ ਉਹਨਾਂ ਨੇ ਇੱਕ ਵਾਰ ਮੰਦਰ 'ਤੇ ਵੀ ਮੈਨੂੰ ਉੱਥੇ ਫਾਇਰ ਕੀਤੇ ਪਰ ਮੰਤੂ ਮੇਰੇ ਲੱਗੇ ਨਹੀਂ ਹੈ, ਔਰ ਮੈਨੂੰ ਪਤਾ ਨਹੀਂ ਸੀ ਕਿ ਇਹ ਬੰਦੇ ਇੱਥੇ ਮੈਨੂੰ ਮਾਰਨ ਆਏ ਹੋਏ ਨੇ। ਉਹ ਤਾਂ ਅਚਾਨਕ ਜਦ ਮੈਂ ਘਰ ਪਲਟ ਕੇ ਦੇਖਿਆ ਤਾਂ ਮੈਨੂੰ ਬੰਦਿਆਂ ਨੇ ਜਦ ਨੂੰ ਫਾਇਰ ਕਰ ਦਿੱਤੇ, ਮੈਂ ਭੱਜ ਕੇ ਪੌੜੀ ਚੜ੍ਹ ਕੇ ਤਾਂ ਬਚੇ। ਮੇਰਾ ਅਵਤਾਰ ਮੌਰਿਆ, ਮੈਂ ਸ਼ਿਵ ਸੈਨਾ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਹੈ। ਬੜੇ ਦੁੱਖ ਦੀ ਗੱਲ ਹੈ ਕਿ ਕੁਛ ਸਾਲ ਪਹਿਲਾਂ ਖੰਨੇ ਦੇ ਵਿੱਚ ਵੀ ਇੱਕ ਸ਼ਿਵ ਸੈਨਾ ਨੇਤਾ ਦੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਸਾਡੇ ਮਹੰਤ ਕਸ਼ਮੀਰ ਗਿਰੀ ਜੀ ਜੋ ਸਾਡੇ ਸੀਨੀਅਰ ਨੇਤਾ ਨੇ, ਇਹਨਾਂ ਨੂੰ ਕਈ ਮਹੀਨਿਆਂ ਤੋਂ ਬਹੁਤ ਜ਼ਿਆਦਾ ਧਮਕੀਆਂ ਆ ਰਹੀਆਂ ਸੀ, ਜਦਕਿ ਇੱਥੇ ਇੱਕ ਦੋ ਵਾਰ ਹਮਲਾ ਕਰਨ ਵੀ ਬੰਦੇ ਪਹੁੰਚੇ ਸੀ। ਪ੍ਰਸ਼ਾਸਨ ਨੇ ਮੇਰੇ ਕੋਲ ਦਰਖਾਸਤਾਂ ਨੇ ਜਿਹੜੇ ਪ੍ਰਸ਼ਾਸਨ ਨੇ ਖੁਦ ਲਿਖ ਕੇ ਦਿੱਤੇ ਹੋਏ ਆ ਕਿ ਬਾਬਾ ਮਹੰਤ ਕਸ਼ਮੀਰ ਗਿਰੀ ਨੂੰ ਖਤਰਾ, ਕਿਉਂਕਿ ਇੱਥੇ ਇਹਨਾਂ ਦੇ ਪਹਿਲਾਂ ਵੀ ਕਈ ਵਾਰ ਹਮਲਾ ਹੋਇਆ, ਲੇਕਿਨ ਪ੍ਰਸ਼ਾਸਨ ਨੇ ਖੁਦ ਲਿਖਣ ਤੋਂ ਬਾਅਦ ਵੀ ਇਹਨਾਂ 'ਤੇ ਧਿਆਨ ਨਹੀਂ ਦਿੱਤਾ, ਜੋ ਅੱਜ ਉਹਦਾ ਨਤੀਜਾ ਇਹ ਹੋਇਆ ਕਿ ਬਸ ਪਰਮਾਤਮਾ ਦੀ ਕਿਰਪਾ ਰਹੀ ਕਿ ਜਿਹਦੇ ਕਰਕੇ ਬਾਬਾ ਜੀ ਬਚਾਓ ਹੋ ਗਏ, ਨਹੀਂ ਤਾਂ ਅੱਜ ਉਹਨਾਂ ਦਾ ਬਹੁਤ ਮਾੜਾ ਹਾਲ ਹੋਣਾ ਸੀ। ਜਿਸ ਹਿਸਾਬ ਨਾਲ ਉਹਨਾਂ ਨੇ ਗੋਲੀਆਂ ਚਲਾਈਆਂ ਨੇ ਅਤੇ ਅੱਖਾਂ ਬੰਦ ਕਰਕੇ ਗੋਲੀਆਂ ਚਲਾਈਆਂ ਕਿ ਕਿਤੇ ਕਿਸੇ ਦੀ ਹੋਰ ਦੇ ਵੀ ਵੱਜ ਸਕਦੀ ਸੀ, ਇਸ ਕਰਕੇ ਅਸੀਂ ਪ੍ਰਸ਼ਾਸਨ ਦੇ ਖਿਲਾਫ਼ ਅੱਜ ਸਾਡੇ ਸੀਨੀਅਰ ਨੇਤਾ ਪਹੁੰਚ ਰਹੇ ਨੇ 12 ਵਜੇ ਖੰਨੇ ਦੇ ਵਿੱਚ, ਉਸ ਤੋਂ ਬਾਅਦ ਜੋ ਉਹਨਾਂ ਦੀ ਰਣਨੀਤੀ ਹੋਊਗੀ ਅਸੀਂ ਉਹ ਤਿਆਰ ਕਰਾਂਗੇ। ਉਧਰ ਖੰਨਾ ਦੇ DSP ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ। ਮੋਰਨਿੰਗ 5:15 ਜਿਹੜੇ ਆਪਣੇ ਮਹੰਤ ਗਿਰੀ ਜੀ ਇਸ ਮੰਦਰ ਜਾਂਦੇ ਸੀਗੇ, ਉਦੋਂ ਮੰਦਰ ਤੋਂ ਵਾਪਸ ਆਪਣੇ ਘਰ ਆਏ ਆ, ਦੁਬਾਰਾ ਇਹਨਾਂ ਨੇ ਘੋਲ ਲੈ ਕੇ ਜਾਣਾ ਸੀਗਾ। ਉਦੋਂ ਇਹਨਾਂ ਦੇ ਦੋ ਅਣਛਕ ਬੰਦਿਆਂ ਨੇ ਜਿਹਨਾਂ ਨੇ ਆਪਣੇ ਮੂੰਹ ਢੱਕੇ ਸੀਗੇ ਉਹ ਫਾਇਰਿੰਗ ਕੀਤੀ ਹੈ।
ਜਿਹਨਾਂ ਦੇ ਬਿਆਨ 'ਤੇ ਅਸੀਂ ਇੱਕਦਮ ਸੌਦਾ ਦਾ ਕੇਸ ਰਜਿਸਟਰ ਕਰਤਾ। ਬਾਕੀ ਅਸੀਂ ਵੱਖ ਵੱਖ ਟੀਮਾਂ ਲਾ ਕੇ ਸੀਸੀ ਫੁਟੇਜ ਅਤੇ ਹੋਰ ਸਬੂਤ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਮੋਟਰਸਾਈਕਲ ਆਇਆ ਕਿੱਧਰ ਨੂੰ ਗਿਆ ਜਾਂ ਕਿਸ ਪਾਸੋਂ ਨਿਕਲੇ ਸ਼ਹਿਰ। ਇਹ ਆਪਣਾ ਮਾਮਲਾ ਜਿਹੜਾ 7 APC ਦਾ ਹੈਗਾ, ਫਾਇਰਿੰਗ ਹੋ ਗਈ ਆ, ਅਸੀਂ ਕੇਸ ਰਜਿਸਟਰ ਕਰਤਾ। ਅਸੀਂ ਹੁਣ ਵੱਖ ਵੱਖ ਟੀਮਾਂ ਲਾ ਦਿੱਤੀਆਂ ਜਿਹੜੀਆਂ ਕਿ ਵੈਰੀਫਾਈ ਕਰ ਰਹੇ ਹਾਂ ਕਿ ਮੋਟਰਸਾਈਕਲ ਜਿਹੜੇ ਮੋਟਰਸਾਈਕਲ ਪਏ ਉਹਨੂੰ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੋਟਰਸਾਈਕਲ ਕੌਣ ਸੀਗਾ। ਜੇਕਰ ਸੀਸੀ ਫੁਟੇਜ ਚਾਹੁੰਦਾ ਟਰਾਈ ਕਰਾਂਗੇ ਉਹਦਾ ਨੰਬਰ ਟਰੇਸ ਕਰਾਂਗੇ। ਫਿਲਹਾਲ ਘਟਨਾ ਤੋਂ ਬਾਅਦ ਪੂਰੇ ਪੰਜਾਬ ਦੇ ਸ਼ਿਵ ਸੈਨਾ ਦੇ ਲੀਡਰ ਕਾਫੀ ਡਰੇ ਹੋਏ ਨੇ ਤੇ ਘਰੋਂ ਨਿਕਲਣ ਤੋਂ ਗੁਰੇਜ਼ ਕਰ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ। 7 ਇਲਮਾਂ ਦੇ ਬੇਤਾਜ ਬਾਦਸ਼ਾਹ ਵਸ਼ੀਕਰਨ ਸਪੈਸ਼ਲਿਸਟ ਬਾਬਾ ਸਲੀਮ ਖਾਨ, ਹਰ ਸਮੱਸਿਆ ਦਾ ਫ੍ਰੀ ਚ ਕਰਾਓ ਸਮਾਧਾਨ ਕਾਲੇ ਇਲਮ ਦੁਆਰਾ। ਲਵ ਮੈਰਿਜ, ਪਤੀ ਪਤਨੀ ਚ ਅਣਬਣ, ਨੌਂ ਦਾ ਵਸ਼ੀਕਰਨ, ਵਿਦੇਸ਼ ਯਾਤਰਾ ਚ ਰੁਕਾਵਟ, ਸੌਧਨ ਦੁਸ਼ਮਣ ਤੋਂ ਛੁਟਕਾਰਾ, ਜਾਦੂ ਟੂਣੇ ਦਾ 100% ਗਰੰਟੀ ਨਾਲ ਕਰਾਓ ਖਾਤਮਾ, ਲਾਟਰੀ ਨੰਬਰ ਸਪੈਸ਼ਲਿਸਟ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, 85295 47283।